शैतानिर्रजीम बिस्मिल्लाहिर्रहमानिर्रहीम। मैं उम्मीद करना तुसा सारे ठीक ठाक हो सो, अल्लाह पाक ने हिफ्ज़ो ईमान च हो सो। ते अज असा मौजूद हां जनाब फराना मीर पर दरबार ने अंदर, ते जनाब मीरा मीर सरकार ने दरबार में मौजूद हां। ते साडा कैमरामैन दस्सै ते जिहड़ा कि मंगला डैम है पूरे अपने जोर च है, ते जिहड़ा कि कुछ दिनों बाद यह दरबार ना हिस्सा जिहड़ा वह भी डुबने वाला है। बाकी तुसा कि मजीद दसा बावे नीचला गाह भी दसा, ते अंदर जुली दा भी दसा, कब्र की ज़ियारत भी करासा, ते मज़ीद तुसा सारे ना रहे हो इंशाल्लाह। बाकी तुसा की जी जनाब असा मौजूद हाँ दरबार में अंदर, ते तुसा की साडा कैमरामैन दसा दरबार ने जिहड़ा गुंबद है वह भी, बाकी इसकी खूबसूरती तुसा तकी सकदे हो। ये हुण ते डैम नहीं नजर आने की है, लेकिन जिहड़ा डैम वापस जाना है इंशाल्लाह। इत्थे लोग जिहड़े वो इत्थे काफी इत्थे ना तौन करने, ते इसकी दोबारा जिहड़ा मरम्मत करने। ਇਹ ਬਾਵਾ ਜਿਹੜੇ ਇੰਨਾ ਪੁਰਾਣਾ ਮਿਰਪਰ ਜਿਸ ਅਸੀਂ ਆਪਣੇ ਆ ਇਸਦੀ ਬੁਨਿਆਦ ਇੰਨਾ ਬਾਵੇ ਨਾਲ ਰੱਖੀ ਹੈ ਇੱਥੇ, ਤੇ ਮਾਸ਼ਾਅੱਲਾ ਅਸਾਂ ਕੀ ਬੜੀ ਖੁਸ਼ੀ ਹੋਈ ਆ ਸਾਡੇ ਅੰਦਰ ਇਤਨੇ ਜਿਹੜੇ ਬਹਾਦਰ ਬੰਦੇ ਮੌਜੂਦ ਸਨ ਜਿਨ੍ਹਾਂ ਦੀ ਵਜ੍ਹਾ ਤੋਂ ਅਸਾਂ ਅਜਾ ਤੁਹਾਡੀ ਕਾਇਮ ਹੋ ਦਾਇਮ ਆ। ਤੇ 1965 ਨਾ ਸ਼ਹਿਰ ਪੁਰਾਣਾ ਮਿਰਪਰ ਮੇਰੇ ਖਿਆਲ ਇਸ ਤੇ ਉਸ ਟਾਈਮ ਇਹ ਤੂੰ ਬੰਦੇ ਜਿਹੜਾ ਅੱਗੇ ਪਿੱਛੇ ਹੋਏ ਕਿਉਂ ਕਿ ਕੋਟਲੀ ਨਾ ਪਿੰਬਰ ਨਾ ਸਾਰੇ ਪਾਸੇ ਖਰੇਟੇ ਨਾ ਸ਼ਹਿਰ ਹੀ ਹਾਂ ਸੀ ਪੁਰਾਣਾ ਮਿਰਪਰ। बावे ना जमीने विच खुदाई करी ते अपने वास्ते जिहड़ा चीला गाह बनाई भी सी, ओ तुसा तकी सकदे हो साडा कैमरामैन दस्सै, ते ओ ऐ जगह वे जिथे बावा अपना चीला कटने सन। ते बड़ी उन्हां जिहड़ी है ना खूबसूरती नाल अपनी ਜਿਹੜੇ ਹੱਥਾਂ ਨਾਲ ਜਗ੍ਹਾ ਬਣਾਈ ਵੀ ਸੀ। ਤੁਸੀਂ ਤੱਕੋ ਸਾਰਾ ਕੈਮਰਾਮੈਨ ਅਗਰ ਤੁਸੀਂ ਕੀ ਬਹੁਤ ਕਲੋਜ਼ ਕਰੀ ਤਾਂ ਦੱਸੀ ਸਕਿਆ ਤਾਂ ਇਹ ਉਹ ਜਗ੍ਹਾ ਵੈ ਜਿੱਥੇ ਬਾਬਾ ਰਾਂ ਜੀ ਜਨਾਬ ਤੁਸੀਂ ਤੱਕੀ ਸਕਦੇ ਹੋ। ਅਸਾਂ ਹੁਣ ਚੀਲਾ ਗਾਹ ਨੇ ਬਿਲਕੁਲ ਅੰਦਰ ਮੌਜੂਦ ਆ ਜਿੱਥੇ ਬਾਬਾ ਬੇਤ ਹੈ ਆਪਣਾ ਚੀਲਾ ਕੱਟਨੇ ਸਨ, ਤੇ ਇੱਥੇ ਦੀਆ ਸ਼ੀਆ ਵੀ ਮੌਜੂਦ ਹੈ। ਤੇ ਸਾਡਾ ਕੈਮਰਾਮੈਨ ਦੱਸਿਆ ਤਾਂ ਬਹੁਤ ਉਹਨਾਂ ਖੂਬਸੂਰਤੀ ਨਾਲ ਜਿਹੜੀ ਇਹ ਜਗ੍ਹਾ ਬਣਾਈ ਵੀ ਹੈ। ਤੇ ਮਜ਼ੀਦ ਤੁਸੀਂ ਸਾਡੇ ਨਾਲ ਰਹੋ ਇਨਸ਼ਾਅੱਲਾ, ਬਾਕੀ ਵੀ ਤੁਸੀਂ ਕੀ ਦੱਸਣੇ ਆ। ਤੁਸਾਂ ਕੀ ਦਰਬਾਰ ਨਾਲ ਸਾਰਾ ਜਿਹੜਾ ਨਾ ਵਿਊ ਦੱਸਿਆ ਵੈ, ਚੀਲਾ ਗਾਹ ਵੀ ਬਾਵੇ ਨਹੀਂ ਦੱਸੀ ਹੈ, ਅਤੇ ਸਾਡਾ ਕੈਮਰਾਮੈਨ ਦੱਸਿਆ ਤਾਂ ਇਹ ਉਹ ਜਗ੍ਹਾ ਵੈ ਜਿੱਥੇ ਜਿਹੜੇ ਆਮ ਲੰਗਰ ਜਿੱਥੇ ਪੱਕਣਾ ਵੈ, ਇਹ ਉਹ ਜਗ੍ਹਾ ਵੈ ਕਿ ਆਮ ਦਿਹਾੜਿਆਂ ਵਿੱਚ ਵੀ ਨਾ ਇੱਥੇ ਲੰਗਰ ਜਿਹੜਾ ਨਾ ਆਮ ਚੱਲਣਾ ਰਹਿਣਾ ਵੈ। ਹਾਂਜੀ ਤੁਸੀਂ ਤੱਕੀ ਸਕਦੇ ਹੋ, ਅਸਾਂ ਜਿਹੜਾ ਤੁਸਾਂ ਕੀ ਫਾਰੂ ਦਰਬਾਰ ਹੈ ਪਰੂ ਮੰਦਰ ਦੱਸਿਆ ਸੀ, ਹੁਣ ਅਸਾਂ ਇਸ ਮੰਦਰ ਦੇ ਅੰਦਰ ਮੌਜੂਦ ਹਾਂ। ਅਤੇ ਇੱਥੇ ਤੁਸਾਂ ਕੀ ਦੱਸਣੇ ਆ ਕਿ ਇਹ ਹਿੰਦੂਆਂ ਨਾਲ ਜਿਹੜਾ ਕੋਈ ਜਿਹੜਾ ਬਹਾਦਰ ਦਾ ਤਰੀਕਾ ਸੀ ਜੋ ਕੁਝ ਵੀ ਹੈ ਸੀ ਉਹ ਇੱਥੇ ਕਰਨੇ ਸਨ ਉਹ। ਅਤੇ ਮਜ਼ੀਦ ਇਹਨਾਂ ਦੀਆਂ ਹੋਰ ਇਬਾਦਤ ਗਾਹ ਵੀ ਮੌਜੂਦ ਸਨ, ਲੇਕਿਨ ਉਹ ਪਾਣੀਆਂ ਨਹੀਂ ਨਜ਼ਰ ਹੋ ਗਈਆਂ। ਅਤੇ ਤੁਸਾਂ ਮਜ਼ੀਦ ਸਾਡੇ ਨਾਲ ਅੰਦਰ ਅੱਛੋ, ਅਤੇ ਬਾਕੀ ਇਸ ਨੇ ਹਾਲਾਤ ਤਾਂ ਕੋਈ ਨਹੀਂ ਰਹੇ ਬਿਲਕੁਲ। ਅਤੇ ਤੁਸਾਂ ਮਜ਼ੀਦ ਤੁਸਾਂ ਅੰਦਰ ਅੱਛੀ ਤਰ੍ਹਾਂ ਤੱਕੀ ਸਕਦੇ ਹੋ ਜਿਹੜੇ ਉਹਨਾਂ ਨੇ ਸਾਰਾ ਸਿਸਟਮ ਸੀ ਉਹਨਾਂ ਜਿਹੜਾ ਕੁਝ ਬਣਾਇਆ ਸੀ ਉਹ ਸਾਰਾ ਕੈਮਰਾਮੈਨ ਦੱਸਿਆ, ਅਤੇ ਇਹ ਉਹ ਮੌਜੂਦ ਹੈ ਆਪਣੀ ਅਸਲ ਹਾਲਤ ਵਿੱਚ। ਅਤੇ ਮਜ਼ੀਦ ਉੱਪਰ ਇਹਨਾਂ ਨੇ ਗੁੰਬਦ ਜਿਸ ਤਰ੍ਹਾਂ ਵੀ ਜੋ ਕੁਝ ਵੀ ਇਹਨਾਂ ਬਣਾਇਆ ਸੀ ਉਹ ਵੀ ਤੁਸੀਂ ਤੱਕੀ ਸਕਦੇ ਹੋ। ਅਤੇ ਆਵਾਮ ਇੱਥੇ ਜਿਹੜੀ ਹੈ ਨਾ ਹੁਣ ਫਿਰਨੇ ਟੁਰਨੇ ਤਾਂ ਅਸਾਂ ਹੀ ਇਸ਼ਨੇ ਹਾਂ, ਲੇਕਿਨ ਹਿੰਦੂ ਅਤੇ ਮੁਸਲਮਾਨ ਲੈ ਨਾ ਇਕੱਠੇ ਰਹਿਣੇ ਸਨ ਉਹ ਮੁਸਲਮਾਨਾਂ ਦੀ ਇਬਾਦਤ ਗਾਹ ਯਾਨੀ ਕਿ
सारा सिस्टम सी ते इधर जेड़ा हिंदू ना सिस्टम सी वो चलना सी ते बाकी और मंदिर भी मौजूद सा लेकिन वो जेड़े पानी नजर हो गए इंशाल्लाह कुदरे नेक्स्ट जिदे पानी गया बोलना नहीं शायद फिर सा की ऐसा ते वो भी दसा ते इंशाल्लाह जी नजरीन उम्मीद करना कि आज ना सारा विलाग है जेड़ा दरबार मंदिर पुराना मीरपुर जेड़ा तुसा की दसिया आज तुसा की वीडियो जेड़ी असा बनाई है तुसा की बहुत पसंद आई होसी ते मजीद साडियां इए जियां वीडियो तकने वास्ते साडे YouTube चैनल की सब्सक्राइब करो अगर नवे हो तो बेल आइकन के बटन की जरूर प्रेस करो ते नेक्स्ट वीडियो थोड़ी दियो इजाजत अल्लाह सने नवाज़।